मैं डॉक्टर गुरजिंदर सिंह है जी, खेतीबाड़ी यूनिवर्सिटी दे विच बतौर प्रोफेसर हैं। अज साडा जिहड़ा ये धरना है ये पूरे पंजाब दे कॉलेज ते यूनिवर्सिटी की जिहड़ी संस्था है साडी पी फैक्टो उस दे काल दे उत्ते दित्ता जा रहा है। पिछले लगभग 2 महीनों तो असी सड़कां दे उत्ते रोल रहे हैं और ये साडे पी फैक्टो के जिहड़े प्रधान ने डॉक्टर हरमीत सिंह किंगरा जो कि पंजाब खेतीबाड़ी यूनिवर्सिटी के प्रोफेसर ने, वो पिछले 7 दिन तो लगातार मरण वरते बैठे और उन्हां दी हालत दिन ब दिन गंभीर होंदी जा रही है। पहला तो असी सारी जथेबंदी वालों ये परमात्मा अगे दुआ करते हैं कि डॉक्टर किंगरा नूं तंदुरुस्ती देन, क्योंकि वो मोर्चे नूं बहुत ही वधिया तरीके दे नाल लीड कर रहे हैं। बाकी साडी जिहड़ियां मुख मंगां है उहदे विच केंद्र सरकार ने क्योंकि 7वां पे स्केल लागू कर दिता है, पंजाब सरकार दी ਇਹ ਕਹਿਣੀ ਸੀ ਕਿ 6ਵਾਂ ਪੇ ਸਕੇਲ ਜਿਹੜਾ ਪੰਜਾਬ ਸਰਕਾਰ ਦਾ ਬੰਦਾ ਹੈ ਉਹ ਜਲਦੀ ਲਾਗੂ ਕਰਨਗੇ, ਪੰਜਾਬ ਦੇ ਬਾਕੀ ਮਹਿਕਮਿਆਂ ਦੇ ਵਿੱਚ ਲਾਗੂ ਹੋ ਸਕਿਆ, ਜਦੋਂ ਕਿ ਯੂਨੀਵਰਸਿਟੀ ਦੇ ਵਿੱਚ ਸਿਰਫ ਪੰਜਾਬ ਦੇ ਵਿੱਚ ਜਿਹੜਾ 7ਵਾਂ ਪੇ ਸਕੇਲ ਹੈ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਉਹ UGC ਨਾਲੋਂ ਡੀ ਲਿੰਕ ਕਰਤਾ ਪੰਜਾਬ ਸਰਕਾਰ ਨੇ। ਡੀ ਲਿੰਕ ਕਰਨ ਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਕਾਲਜ ਦੇ ਔਰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਨਾਂ ਦੀਆਂ ਤਨਖਾਹਾਂ ਘੱਟ ਜਾਣੀਆਂ ਔਰ ਇਹਦਾ ਜਿਹੜਾ ਸਿੱਧੇ ਤੌਰ 'ਤੇ ਅਸਰ ਹੈ ਉਹ ਪੰਜਾਬ ਦੀ ਉਚੇਰੀ ਸਿੱਖਿਆ 'ਤੇ ਪਊਗਾ। ਪੰਜਾਬ ਦੇ ਵਿੱਚ ਉਨੇ ਪਾਏਦਾਰ ਉਚੇਰੀ ਸਿੱਖਿਆ ਜਿਹੜੀ ਨਹੀਂ ਹੋ ਸਕੂਗੀ। ਸੋ ਸਾਡੀ ਪੁਰਜ਼ੋਰ ਮੰਗ ਹੈ ਕਿ ਜਿਵੇਂ ਬਾਕੀ ਸਟੇਟਾਂ ਦੇ ਵਿੱਚ 7ਵਾਂ ਪੇ ਸਕੇਲ ਲਾਗੂ ਹੋ ਚੁੱਕਿਆ ਹੈ, ਪੰਜਾਬ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸਾਡੇ ਬਹੁਤ ਹੀ ਮਾਣਯੋਗ ਜਿਹੜੇ ਸਾਡੇ ਪੀ ਫੈਕਟੋ ਦੇ ਪ੍ਰਧਾਨ ਨੇ, ਤੁਸੀਂ ਦੇਖੋ ਕਿ ਜਦੋਂ ਬੱਚੇ ਨੂੰ ਪੜ੍ਹਾਉਣਾ ਹੈ ਪੇਰੈਂਟਸ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਔਰ ਇੱਕ ਪ੍ਰੋਫੈਸਰ ਲੈਵਲ ਤੱਕ ਜਾਂਦੇ ਜਾਂਦੇ ਕਿੰਨਾ ਮਾਪਿਆਂ ਦਾ ਔਰ ਕਿੰਨਾ ਸਟੇਟ ਦਾ ਖਰਚਾ ਹੁੰਦਾ ਹੈ। ਅੱਜ ਉਹ ਬੰਦੇ ਤੁਹਾਡੇ ਸੜਕਾਂ 'ਤੇ ਰੁਲ ਰਹੇ ਹੈ, ਅੱਜ ਮਰਨ ਵਰਤ 'ਤੇ ਬੈਠੇ ਹੈ। ਸੋ ਸਾਨੂੰ ਇਹ ਸੋਚਣਾ ਚਾਹੀਦਾ ਇਹ ਅਧਿਆਪਕ ਹੀ ਹੈ ਜਿਨ੍ਹਾਂ ਦੀ ਬਦੌਲਤ ਇਹ ਪੋਲੀਟਿਕਸ ਦੇ ਵਿੱਚ ਲੀਡਰ ਆਉਂਦੇ ਆ, ਜਿਨ੍ਹਾਂ ਦੀ ਬਦੌਲਤ ਇਹ ਬਿਊਰੋਕਰੈਟ ਬਣਦੇ ਆ, ਜਿਨ੍ਹਾਂ ਦੀ ਬਦੌਲਤ ਇਹ ਨਕਸ਼ਾ ਜਿਹੜਾ ਸਾਰੇ ਮੁਲਕ ਦਾ ਸਿਰਜਿਆ ਜਾਂਦਾ ਹੈ। ਜੇ ਅਧਿਆਪਕ ਹੀ ਸੜਕਾਂ 'ਤੇ ਹੋਊਗਾ ਤਾਂ ਜਿਹੜਾ ਭਾਰਤ ਦਾ ਪੰਜਾਬ ਦਾ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਹਨੇਰਾ ਹੋਊਗਾ, ਕਿਉਂਕਿ ਜਿਨ੍ਹਾਂ ਦੇ ਅਧਿਆਪਕਾਂ ਦਾ ਮਾਣ ਨਹੀਂ ਕੀਤਾ ਜਾਂਦਾ ਉੱਥੇ ਚੰਗੇ ਅਤੇ ਜਿਹੜੇ ਵਧੀਆ ਇਨਸਾਨ ਜਾਂ ਵਧੀਆ ਜਿਹੜੇ ਅਫੀਸਰ ਹੈ ਉਹ ਪੈਦਾ ਨਹੀਂ ਹੋ ਸਕਦੇ। ਜਿੰਨੇ ਬਾਕੀ ਤੁਸੀਂ ਮੁਲਕ ਦੇ ਨਾਲ ਕੰਪੇਅਰ ਕਰ ਲਓ ਉੱਥੇ ਅਧਿਆਪਕਾਂ ਦਾ ਇੰਨਾ ਸਨਮਾਨ ਕੀਤਾ ਜਾਂਦਾ ਹੈ ਕਿ ਜੇ ਅਧਿਆਪਕ ਕੋਰਟ ਦੇ ਵਿੱਚ ਵੀ ਚਲਾ ਜਾਵੇ ਤਾਂ ਜੱਜ ਖੜਾ ਹੋ ਕੇ ਸਲੂਟ ਮਾਰਦਾ। ਸੋ ਇਹ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਅਧਿਆਪਕ ਵਰਗ ਨੇ ਹੀ ਦੁਨੀਆ ਦੀ ਕਰੀਮ ਤਿਆਰ ਕਰਨੀ ਹੈ, ਉੱਥੋਂ ਹੀ ਨਿਕਲ ਕੇ ਲੋਕਾਂ ਨੇ ਅੱਗੇ ਜਾਣਾ ਹੈ। ਸੋ ਦੂਸਰੀ ਜਿਹੜੀ ਸਾਡੀ ਮੰਗ ਹੈ ਕਿ ਜਿਹੜੇ ਸਾਡੇ ਅਧਿਆਪਕ ਸਾਥੀ 2004 ਤੋਂ ਬਾਅਦ ਭਰਤੀ ਨੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਲ ਨਹੀਂ ਕੀਤੀ, ਉਹਨਾਂ ਨੂੰ ਪੈਨਸ਼ਨ ਸਕੀਮ ਨਹੀਂ ਪੈਨਸ਼ਨ ਨਹੀਂ ਦਿੱਤੀ ਜਾ ਰਹੀ, ਉਹ ਪੈਨਸ਼ਨ ਸਕੀਮ ਬਹਾਲ ਹੋਣੀ ਚਾਹੀਦੀ ਹੈ। UGC ਨਾਲ ਸਾਡਾ ਲਿੰਕ ਅਪ ਹੋਣਾ ਚਾਹੀਦਾ ਕਿਉਂਕਿ UGC ਦੇ ਨਾਲ ਜਿਹੜਾ ਅਧਿਆਪਕਾਂ ਦਾ ਇੱਕ ਵੱਖਰਾ ਪੈਟਰਨ ਆਉਂਦਾ, ਇੱਕ ਉਚੇਰੀ ਸਿੱਖਿਆ ਦੇ ਵਾਸਤੇ ਸਾਡੇ ਕੁਆਲਿਟੀ ਵਾਸਤੇ ਜਿਹੜੇ ਉਹ ਟੀਚਰ ਉਹ ਸਾਡੇ ਪੈਦਾ ਹੋਣਗੇ। ਜੇ ਮੰਨ ਲਓ ਸਾਡਾ ਪੇ ਸਕੇਲ ਘੱਟ ਹੋਊਗਾ ਤਾਂ ਕੁਦਰਤਨ ਹੈ ਅਧਿਆਪਕ ਆਪਣੇ ਵਾਸਤੇ ਕਿਸੇ ਹੋਰ ਪਾਸੇ ਨੂੰ ਜਾਣਗੇ ਅਤੇ ਪੰਜਾਬ ਦੇ ਵਿੱਚ ਜਿਹੜਾ ਇਹ ਐਜੂਕੇਸ਼ਨ ਦਾ ਸਾਰਾ ਮਾਹੌਲ ਹੈ ਉਹ ਨਿਗਾਰ ਵੱਲ ਜਾਊਗਾ। ਉਸ ਤੋਂ ਅੱਗੇ ਅਸੀਂ ਸਾਰੇ ਕਾਲਜ ਔਰ ਯੂਨੀਵਰਸਿਟੀਆਂ ਦੇ ਟੀਚਰ ਸਾਹਿਬਾਨ ਜਿਹੜੇ ਮੰਗ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕਦਾ ਹੈ ਇਸ ਜਿਹੜੇ 7ਵੇਂ ਪੇ ਸਕੇਲ ਹੈ ਉਹ ਬਹਾਲ ਕੀਤਾ ਜਾਵੇ ਔਰ ਸਾਡੇ ਅਧਿਆਪਕਾਂ ਦੀਆਂ ਜਿਹੜੀਆਂ ਪੈਨਸ਼ਨਾਂ ਉਹ ਰਿਲੀਜ਼ ਕੀਤੀਆਂ ਜਾਣ ਔਰ ਜਿਹੜੇ ਖਾਸ ਕਰਕੇ ਨਵੀਂ ਭਰਤੀ ਹੁੰਦੀ ਹੈ ਉਹਨਾਂ ਨੂੰ ਪੰਜਾਬ ਸਰਕਾਰ ਸਿਰਫ 15,600 ਦਾ ਬੇਸਿਕ ਸਕੇਲ 3 ਸਾਲ ਵਾਸਤੇ ਦੇ ਰਹੀ ਹੈ। ਤੁਸੀਂ ਦੇਖੋ ਅੱਜ ਥਾਂ ਥਾਂ ਦੇ ਉੱਤੇ ਪੋਸਟਰ ਲੱਗੇ ਹੈ ਕਿ ਜਿਹੜਾ ਸਕਿਲਡ ਲੇਬਰ ਆ ਉਹਨੂੰ 450 ਰੁਪਏ ਤੋਂ ਘੱਟ ਨਹੀਂ ਮਿਲਣਾ। 450 ਦਾ ਮਤਲਬ ਘੱਟੋ ਘੱਟ 13,000 ਰੁਪਇਆ 14,000 ਰੁਪਇਆ ਮਹੀਨੇ ਦਾ ਇੱਕ ਸਕਿਲਡ ਜੇ ਲੇਬਰ ਨੂੰ ਮਿਲ ਸਕਦਾ ਅਤੇ ਇੱਕ ਪ੍ਰੋਫੈਸਰ 15,000 'ਤੇ ਕੰਮ ਕਰੂਗਾ। ਸੋ ਇਹ ਚੀਜ਼ ਤੋਂ ਧਿਆਨ ਰੱਖਣਾ ਚਾਹੀਦਾ, ਸਾਡੇ ਜਿਹੜੇ ਪੂਰੀ ਤਨਖਾਹ ਉਹ ਮੁਲਾਜ਼ਮ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਉਹਨਾਂ 'ਤੇ ਕਿਸੇ ਤਰ੍ਹਾਂ ਦਾ ਆਰਥਿਕ ਬੋਝ ਨਾ ਹੋਵੇ। ਜੇ ਪਰਿਵਾਰ ਵੱਲੋਂ ਅਧਿਆਪਕ ਖੁਸ਼ ਹੋਣਗੇ ਨਿਚਿੰਤ ਹੋਣਗੇ ਤਾਂ ਹੀ ਉਹ ਸ਼ਿੱਦਤ ਦੇ ਨਾਲ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਸਕਣਗੇ। ਸੋ ਸਾਡੀਆਂ ਇੰਨੀਆਂ ਮੰਗਾਂ ਜਿਹੜੀਆਂ ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਔਰ ਮਾਨਯੋਗ ਮੁੱਖ ਮੰਤਰੀ ਨੂੰ ਕਿ ਸਾਡੀਆਂ ਜਿਹੜੀਆਂ ਮੰਗਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਔਰ ਸਾਡੀ ਜਿਹੜੀ ਕਰੀਮ ਹੈ ਸਾਡੇ ਜਿਹੜੇ ਪ੍ਰੋਫੈਸਰ ਹੈ ਜਿਹੜੇ ਮਰਨ ਵਰਤ 'ਤੇ ਬੈਠੇ ਆ ਜਿਹੜੇ ਸੜਕਾਂ ਦੇ ਉੱਤੇ ਰੁਲ ਰਹੇ ਹੈ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਜਿਹੜਾ ਤਿਆਰੀ ਕੀਤੀ ਜਾਵੇ, ਉਹਨਾਂ ਨੂੰ ਮਾਹੌਲ ਇਸ ਤਰ੍ਹਾਂ ਦਾ ਦਿੱਤਾ ਜਾਵੇ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਉੱਚ ਪਾਏਦਾਰ ਜਿਹੜੇ ਸ਼ਹਿਰੀ ਬਣਾ ਸਕਣ। ਧੰਨਵਾਦ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।